मैं सोचा मुझे डाली है ऑक्सीजन तक आमदनी नहीं आवा थोड़ी दिन सांग आमदनी रहते नहीं तो एक बारी फिर ताई तो शुक्रगुजार सवाल दे साड़ी प्रोड्यूसर साहब विजय सैनी जी एक बारी जोरदार ताड़ियां इधर ले जी प्लीज और तो प्रोड्यूसर विमल चोपड़ा जी ये भी ग्रेट पर्सनैलिटी है साड़ी दर्शी परमार ने तो साड़ी बायस मनीष मैन टीम वालों जी जी आया करते वेलकम करते निगा स्वागत ਸਾਡਾ ਚੱਟਾ ਦਾ ਕੰਮ ਖੇਤੀ ਦਾ
ਦਾ ਦਿਲ ਜਾ ਟੁੱਟਣੇ ਤੋਂ ਗੱਲ ਕਹਿ ਵੀ ਛੇਤੀ ਹੁੰਦੀ ਨਾ ਉਹ ਮੇਰੇ ਅਰਮਾਨਾਂ ਦੀ ਕੋਠੀ ਨਹੀਂ ਹਰ ਦਿਨ ਪੜਦੀ ਤੇ ਢਹਿੰਦੀ ਆ ਉਹ ਰੋਜ਼ ਆਣ ਕੇ ਪਹਿਲੇ ਬੈਂਚ ਤੇ ਬਹਿੰਦੀ ਆ ਪਰਮੀਸ਼ ਬਾਈ ਵੀ ਪਹੁੰਚ ਰਹੇ ਸਾਡੇ ਕੋਲ ਅੱਧੇ ਪੌਣੇ ਘੰਟੇ ਚ ਸੋ ਲਵ ਯੂ ਸਾਰਿਆਂ ਨੂੰ ਸ਼ੁਰੂ ਕਰ ਦਿੰਦੇ ਹਾਂਜੀ ਕਿਹੜਾ ਪੂਰੀਆਂ ਸਭ ਜ਼ਰੂਰਤਾਂ ਨੇ
ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸੱਚੀ ਕਹਿੰਦਾ ਤੁਸੀਂ ਜਾਓਗੇ ਤਾਂ ਸਾਡੇ ਯੂਥ ਨੂੰ ਬਹੁਤ ਵਧੀਆ ਸੁਝਾਅ ਮਿਲੂਗਾ। ਸੱਚੀ ਕਹਿੰਦਾ ਸੋ ਬਹੁਤੀਆਂ ਗੱਲਾਂ ਨਹੀਂ ਕਰਦੇ, ਕੀ ਕਹਿੰਦਾ ਸੁਣ ਕੇ ਬਾਈ ਆ ਜਾ ਬਾਬਾ। ਦੁਨੀਆਂ ਪਈ ਖਸਮਾਂ ਨੂੰ ਖਾਵੇ ਮਸਤੀ ਮੈਂ ਫਿਰਦੀ ਆ ਮੇਰਾ ਤੜਕਾ ਯਾਰ ਬਚਾਵੇ ਤੇ ਮਸਤੀ ਮੈਂ ਫਿਰਦੀ। ਮਸਤਕ ਕੀ ਕਹਿੰਦੀ ਆ ਸਾਰੇ ਜਾਣੇ ਨੇ ਤਾੜੀਆਂ ਦੇ ਨਾਲ ਮਸਤ ਬੜਾ ਸਾਡੀ ਬਾਹਲਾ ਪੜਦੀ ਚੈਟ ਕਰਦੀ ਸਾਉਣ ਦੇ ਮਹੀਨੇ ਵਿੱਚ ਸੱਪ ਫੜਦੀ ਰਮੀਸ਼ ਦਾ ਵੈਸੇ ਸਾਰਿਆਂ ਨਾਲ ਵਧੀਆ ਪਿਆਰ ਹੈ। ਮੈਂ ਕਿਹਾ ਕਿਸੇ ਹੋਰ ਨੂੰ ਨੀ ਕਿਹਾ, ਕਹਿੰਦਾ ਬਾਈ ਤੂੰ ਹੀ ਆ ਜਾ, ਤੇਰੇ ਚੋਂ ਕੱਢ ਲੈ 25 ਸਦੀ। ਹਾਂਜੀ ਅਸੀਂ ਗਾਣੇ ਦਾ ਦੁਬਾਰਾ ਗਾ ਲਾਂਗੇ, ਹੱਡ ਪੈਰ ਜੋੜਿਆ ਬਹੁਤ ਔਖਾ ਜੁੜਦਾ। ਰਣਜੀਤ ਬਾਵਾ ਹਾਂਜੀ ਲਓ ਜੀ ਸੁਣਾਵਾ ਲਓ ਜੀ ਰਣਜੀਤ ਬਾਵਾ। ਉਹ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ਉਹਨੇ ਲੱਗੇ ਨੂੰ ਰੁਪਿਆ ਚੋਰੀ ਦਿੱਤਾ ਸੀ ਹਜ਼ਾਰ ਉਹ ਕਿਸ ਹਾਲ ਚ ਵਿਦੇਸ਼ਾਂ ਵਿੱਚ ਵੱਸਦਾ ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ ਵੇ ਰੋਟੀ ਖਾਧੀਏ ਕਿ ਨਹੀਂ ਕੱਲੀ ਮਾਂ ਪੁੱਛਦੀ ਵੇ ਕਿਵੇਂ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ ਚੰਗ
ਚੰਡੀਗੜ੍ਹ ਵਾਲੀ ਐ ਨੀ ਤੇਰੀ ਕਹਾਂ ਕੀ ਹੱਥ ਜਾ ਹੱਥੇ ਖੜੇ ਲਓ ਜੀ ਭਾਈ ਮਨੀਸ਼ ਭਾਈ ਨੂੰ ਪਿਆਰ ਕਰਦੇ ਆ ਇੱਕ ਵਾਰ ਦੋਹੇ ਤੇ ਡੱਬ ਕੇ ਤਾੜੀ ਮਾਰ ਦੇ ਜੀ ਇੱਕ ਗੱਲ ਮੈਂ ਦੱਸਣੀ ਚਾਹੁੰਦਾ ਇਹ ਸਾਡੀ ਡਾਰਲਿੰਗ ਆ ਆਪਾਂ ਕਹਿੰਦਾ ਸੁਣ ਕੇ ਬਾਈ ਸੁਣ ਕੇ ਬਾਅਦ ਚ ਆਪਾਂ ਰੌਲਾ ਪਾਉਣ ਦਈਏ ਸਾਰੇ ਜਾਣੇ ਬਹੁਤ ਮਿਹਨਤ ਕੀਤੀ ਆ ਮੈਂ ਜਿਹੜੇ ਬਿਹਾਂਡ ਦਾ ਸੀਨ ਦੇਖੇ ਆ ਨਾ ਬਾਈ ਨੇ ਸਾਡੇ ਫਿਲਮ ਇੰਡਸਟਰੀ ਦੇ ਵਿੱਚ ਇੱਦਾਂ ਹੁੰਦਾ ਵੀ ਇੱਕ ਐਕਸ਼ਨ ਡਾਇਰੈਕਟਰ ਜਦੋਂ ਕਹਿੰਦਾ ਵੀ ਬਾਈ ਤੁਸੀਂ ਐਕਸ਼ਨ ਨਹੀਂ ਕਰਨਾ ਵੀ ਅਸੀਂ ਬਾਹਰੋਂ ਬੰਦਾ ਬੁਲਾਉਣਾ ਵੀ ਉਹ ਐਕਸ਼ਨ ਕਰੂਗਾ ਤੁਹਾਡੇ ਸੱਟ ਫਿੱਟਣ ਲੱਗ ਜਾਏ ਪਰ ਸੱਚੀ ਗੱਲ ਹੈ ਇੱਕ ਇੱਕ ਐਕਸ਼ਨ ਬਾਈ ਨੇ ਆਪ ਕੀਤਾ ਉਹਦੇ ਵਿੱਚ ਬਹੁਤ ਵੱਡੀ ਗੱਲ ਹੈ ਇੱਕ ਵਾਰ ਖੁੱਲ ਕੇ ਤਾੜੀ ਲਾ ਦਿਓ ਜੀ ਸਾਰੇ ਜਾਣੇ ਸੱਚੀ ਗੱਲ ਤਾਂ ਇਹ ਆ ਵੀ ਰੀਅਲ ਹੀਰੋ ਭਰਾ ਆਪਣਾ ਬਿਲਕੁਲ ਟੱਪ ਕੇ ਤਾੜੀ ਹੈ ਜੀ ਖੁੱਲ ਕੇ ਸਾਰੇ ਜਾਣੇ ਰੌਕੀ ਮਹਿਤਾ ਸਭ ਤੋਂ ਪਹਿਲਾਂ ਜੀ ਉਹ ਸੱਚੇ ਪਾਤਸ਼ਾਹ ਦਾ ਨਾਮ ਹੈ ਗਰੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਲਈ ਕਮਾਲ ਦੀ ਗੱਲ ਇਹ ਹੈ ਕਿ ਮੈਂ ਪਟਿਆਲੇ ਆਇਆ ਆਪਦੇ ਸ਼ਹਿਰ ਆਇਆ ਸਾਡਾ ਜੱਦੀ ਪਿੰਡ ਸਨੌਰ ਆ ਇੱਥੇ ਤੇ ਅੱਜ ਤੋਂ 30 ਸਾਲ ਪਹਿਲਾਂ ਸਨੌਰ ਪਿੰਡ ਚੋਂ ਮੇਰੇ ਡੈਡੀ ਟਰੰਕੀ ਲੈ ਕੇ ਸਾਈਕਲ ਤੇ ਪਟਿਆਲੇ ਆਏ ਸੀ ਦੇਖ ਲਓ ਤੇ ਰੱਬ ਦੇ ਰੰਗ ਇੱਥੇ ਆਇਆ ਵਾਪਸ ਬਾਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਸੱਚੇ ਪਾਤਸ਼ਾਹ ਧੰਨਵਾਦ ਥੈਂਕ ਯੂ ਸੋ ਮਚ ਫਿਲਮ ਆ ਰਹੀ ਹੈ 18 ਅਗਸਤ ਨੂੰ ਪਹੁੰਚੋਗੇ ਫਿਲਮ ਦੇਖੋਗੇ ਬਾਈ ਮਿਹਨਤ ਸਾਰਿਆਂ ਨੇ ਜਾਣਾ ਜੀ ਸਾਰਿਆਂ ਨੇ ਉਹ ਕੱਲ ਤੱਕ ਸੀਗੇ ਜਿਹੜੇ ਮੈਨੂੰ ਤਾਨੇ ਕੱਸਦੇ ਅੱਜ ਯਾਰ ਦੀ ਚੜ੍ਹਾਈ ਨੂੰ ਰੇ ਹਵਾ ਦੱਸਦੇ ਮੁੰਡਿਆਂ ਨੇ ਗੱਲ ਚੱਕ ਲਈ ਉਹ ਮੁੰਡਾ ਚੰਡੀਗੜ੍ਹ ਜਾਵੇ ਮੇਰੀ ਫਰਮਾਇਸ਼ ਤੇ ਬਾਈ ਇੱਕ ਵਾਰੀ ਉਸ ਤੋਂ ਬਾਅਦ ਪਟਿਆਲਾ ਟੱਚ ਇਹ ਦੋ ਗਾਣੇ ਮੈਂ ਸੁਣਨੇ ਨੇ ਪਰ ਪਰਮੇਸ਼ ਬਾਈ ਅੱਜ ਤੱਕ ਬਾਈ ਦਾ ਰਿਕਾਰਡ ਰਿਹਾ ਜਿਹੜਾ ਗਾਣਾ ਨਹੀਂ ਆਇਆ ਉਹ ਕਦੇ ਸਟੇਜ ਤੇ ਨਹੀਂ ਗਾਇਆ ਪਰ ਅੱਜ ਇੱਕ ਬਾਈ ਦਾ ਨਵਾਂ ਗਾਣਾ ਆਉਣਾ ਉਹ ਅੱਜ ਗਵਾਉਣਾ ਜ਼ਰੂਰ ਹੈਗਾ ਚੰਗਾ ਬੰਦਾ ਬੋਲ ਬਾਈ ਐਡਾ ਕੁ ਸੋਹਣਾ ਗਾਣਾ ਬਾਈ ਅੱਜ ਪਰਮੇਸ਼ ਬਾਈ ਦਾ ਪਿਆਰ ਤਪਲੀ ਜੇ ਉਹ ਉਹਦੇ ਦੋ ਲੈਣ ਉਹਦੀ ਹੋ ਜਾਣ ਚੰਗਾ ਬੰਦਾ ਨਹੀਂ ਉਹ ਪਹਿਲਾਂ ਮੇਰਾ ਵੀਰ ਬਣਿਆ ਸਾਰੇ ਜਾਣੇ ਸਟੇਜ ਖਾਲੀ ਕਰੋ ਜਿੰਨਾ ਚਿਰ ਤੇਰੀ ਹੈਕਸ ਵੀ ਚਾਹੁੰਦੀ ਆ ਤੈਨੂੰ ਕਿਉਂ ਖਾਸ ਤੂੰ ਬਣਿਆ ਉਹਦੇ ਲਈ ਮੇਰਾ ਤੂੰ ਸੀ ਤੇ ਤੂੰ ਹੈ ਕਿਉਂ ਸੁਪਨਾ ਬਣਿਆ ਉਹਦੇ ਲਈ ਮੰਦਾ ਚੰਗਾ ਬੋਲ ਭਾਵੇਂ ਤੂੰ ਮੰਦਾ ਚੰਗਾ ਬੋਲ ਭਾਵੇਂ ਤੇਰੀ ਹਰ ਗਲੀ ਉੱਤੇ ਜੀ ਜੀ ਨਾ ਕਹਿ ਸੱਜਣਾ ਮੈਂ ਗੱਲ ਨਹੀਂ ਕਰਨੀ ਮਨ ਰੱਖ ਰੱਖ ਕਰ ਇੰਨਾ ਕੀ ਸੁਣਾਉਂਗਾ ਬਾਕੀ ਜਦੋਂ ਆਊਗਾ ਉਦੋਂ ਰਿਲੀਜ਼ ਕਰਾਂਗੇ ਜੁਗ ਨਹੀਂ ਸੁਣਾਦਾ ਜੀ ਕਰਦਾ ਮੇਰਾ ਹੁਣ ਗਾਉਣ ਸਾਰੇ ਜਾਣੇ ਆਪਾਂ ਇੱਥੇ ਸਾਰੇ ਜਾਣੇ ਕਰਕੇ ਆਰਾਮ ਨਾਲ ਹਾਂ ਜੀ ਜੁਗਲੀ ਜੁਗ ਜੀਵੇ ਮੇਰਾ ਮੁਰਸ਼ਦ ਸੋ ਜਿਸ ਬੂਟੀ ਲਾਈ ਹੂ ਵੀਰ ਮੇਰਾ ਜੁਗਣੀ ਜੀ ਇਹ ਮੇਰਾ ਵਾਲੀ
ਜੁਗਨੀ ਜੀ ਐ ਬੰਦਰ ਪੀਰ ਦੀ ਜੁਗਨੀ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ
ਕਮੈਂਟ ਸੁਣ ਕੇ ਸੁਣ ਕੇ ਜਿਹੜਾ ਸਿੰਗਰ ਬੰਦਾ ਹੁੰਦਾ ਗਾਣੇ ਸੁਣਾਉਂਦਾ ਇੱਥੇ ਗੱਲਾਂ ਹੀ ਜਮਾ ਸੱਚੀ ਗੱਲ ਹੈ ਸੁਣਨ ਵਾਲੀ ਗੱਲ ਹੈ ਜਮਾ ਸੱਚੀ ਖੜ ਜਾ ਆਸਟ੍ਰੇਲੀਆ ਦੀ ਗੱਲ ਆ 2012 ਦੀ ਗੱਲ ਆ ਤੇ ਆਸਟ੍ਰੇਲੀਆ ਮੇਰਾ ਨਾ ਬੜਾ ਬ੍ਰੇਕਅਪ ਚੱਲਦਾ ਸੀ ਯਾਰ ਠੀਕ ਆ ਮੈਂ ਬਹੁਤ ਦੁਖੀ ਇੱਕ ਦਿਨ ਮੈਂ ਰਾਤੀ ਪੂਰਾ ਹੁਣ ਇਕੱਲਾ ਰਹਿੰਦਾ ਹੁੰਦਾ ਸੀ ਨਾਲ ਮੇਰੇ ਮਾਪੀ ਹੁੰਦਾ ਸੀਗਾ ਅਸੀਂ ਦੋਨਾਂ ਨੇ ਦੋ ਦੋ ਪੈਗ ਮਾਰੇ ਸੈੱਟ ਪੂਰਾ ਤੇ ਗਾਣਾ ਅਸੀਂ ਲੈ ਲਿਆ ਪਟਿਆਲਾ ਟੱਚ ਪਟਿਆਲਾ ਟੱਚ ਸੁਣ ਕੇ ਮੈਂ ਨਾ ਮੈਂ ਆਪਣੇ ਮਾਪੀ ਨੂੰ ਕਹੀ ਜਾਵਾਂ ਉਹ ਮੈਂ ਯਾਰ ਤੂੰ ਪਟਿਆਲੇ ਚੱਲੇਗਾ ਨਾ ਤੈਨੂੰ ਮੈਂ ਪਟਿਆਲੇ ਉੱਥੇ ਲੈ ਕੇ ਜਾਊਂ ਰਜਿੰਦਰਾ ਲੈ ਕੇ ਜਾਊਂ ਮੈਂ ਐਂ ਕਰੂੰ ਮੈਂ ਪੂਰਾ ਮਾਪੀ ਨੂੰ ਪਟਿਆਲਾ ਪਟਿਆਲਾ ਕਰੀ ਜਾਵਾਂ ਉਦੋਂ ਬਾਅਦ ਮੈਂ ਸਾਰਥੀ ਬਾਈ ਦਾ ਫੇਸਬੁੱਕ ਪੇਜ ਲੱਭਿਆ ਤੇ ਇਹਨਾਂ ਨੂੰ ਮੈਂ ਮੈਸੇਜ ਕੀਤਾ ਇੱਕ ਕਿ ਵੀਰੇ ਇੱਕ ਦਿਨ ਮੈਂ ਤੈਨੂੰ ਮਿਲੂੰਗਾ ਤੇ ਤੈਨੂੰ ਪਿੱਛੋਂ ਜੱਫੀ ਪਾ ਕੇ ਮਿਲੂੰਗਾ ਉਦੋਂ ਬਾਅਦ 2013 ਦੇ ਵਿੱਚ ਮੈਂ ਇੰਡੀਆ ਆਇਆ 2014 ਸਾਰਥੀ ਬਾਈ ਨੂੰ ਮੈਂ ਪਹਿਲੀ ਵਾਰੀ ਪੰਜਾਬ ਯੂਨੀਵਰਸਿਟੀ ਦੇਖਿਆ ਪਰ ਜਿਵੇਂ ਹੁਣ ਤੁਸੀਂ ਤੁਹਾਡੇ ਚੋਂ ਕਈ ਬੰਦੇ ਸ਼ਾਇਦ ਮੈਨੂੰ ਮਿਲਣ ਆਏ ਹੋਣ ਹਨਾ ਪਰ ਮੈਂ ਤੁਹਾਨੂੰ ਮਿਲ ਨਹੀਂ ਸਕਿਆ ਮੈਂ ਦੂਰੋਂ ਲੰਘ ਗਿਆ ਜਿਵੇਂ ਉਹ ਵੀ ਸਾਰਥੀ ਵੀਰ ਆਇਆ ਤੇ ਮੈਂ ਪਿੱਛੇ ਖੜਾ ਸੀਗਾ ਮੈਂ ਸਟਰਗਲ ਕਰਦਾ ਸੀ ਉਦੋਂ ਮੈਂ ਸਾਰਥੀ ਬਾਈ ਨੂੰ ਮਿਲਿਆ ਨਹੀਂ ਮੈਂ ਕਿਹਾ ਮੈਂ ਉਦਣ ਮਿਲੂ ਜਿੱਦਣ ਮੈਂ ਪਿੱਛੋਂ ਜੱਫੀ ਪਾਊਂਗਾ ਤੇ ਪਿਛਲੇ ਸਾਲ ਸਾਰਥੀ ਵੀਰੇ ਨੂੰ ਮੈਂ ਆਪਣੇ ਸਲੂਨ ਮਿਲਿਆ ਸਾਰਥੀ ਵੀਰੇ ਮੈਨੂੰ ਕਿਹਾ ਯਾਰ ਪਰਮੀਸ਼ ਬਾਈ ਬਹੁਤ ਵਧੀਆ ਕੰਮ ਕਰਦਾ ਮੈਂ ਪਹਿਲਾਂ ਖੜੋ ਪਿੱਠ ਕਰੋ ਮੈਂ ਪਿੱਛੋਂ ਜੱਫੀ ਪਾ ਕੇ ਮਿਲੂੰਗਾ ਫਿਰ ਮੈਂ ਫੇਸਬੁੱਕ ਖੋਲੋ ਫਿਰ ਮੈਂ ਬਾਈ ਨੂੰ ਮੈਸੇਜ ਦਿਖਾਇਆ ਮੈਂ ਸਾਰਥੀ ਵੀਰੇ ਦਾ ਆਇਆ ਫੈਨ ਰਿਹਾ ਸੀ ਸਾਰਥੀ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਨੂੰ ਲੱਗਦਾ ਮੈਂ ਆਏ ਤੁਹਾਡੇ ਜੋ ਉੱਠੇ ਹਨਾ ਤੁਹਾਡੇ ਜੋ ਸੀਗਾ ਫਿਰ ਵੀ ਘਰੇ ਜਾ ਕੇ ਰੋਟੀ ਖਾਂਦਾ ਮੈਂ ਫਿਰ ਭਾਂਡੇ ਮਾਂ ਕੇ ਰੋਟੀ ਖਾਂਦਾ ਸੀਗਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 18 ਤਰੀਕ ਨੂੰ ਰੋਕੀ ਮੈਂਟ ਲਾਰੀ ਆ ਬਹੁਤ ਮਿਹਨਤ ਕੀਤੀ ਹੈ ਜੀ ਸਾਲ ਲੱਗ ਗਿਆ ਪੂਰਾ ਤੇ ਪ੍ਰੋਡਿਊਸਰਾਂ ਦੇ ਪੈਸੇ ਲੱਗ ਗਏ ਹੁਣ ਤੁਸੀਂ ਪੈਸੇ ਪੂਰੇ ਕਰਾਉਣੇ ਨੇ ਤੇ ਰੋਕੀ ਮੈਂਟ 2 ਲੈ ਕੇ ਆਵਾਂਗੇ ਠੀਕ ਹੈ ਜੀ